ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਵੇਖੋ ਆਪਣੇ ਆਲੂ ਉਬਲ ਗਏ ਨੇ ਅਤੇ ਮੰਮੀ ਹੁਣ ਇਹਨਾਂ ਨੂੰ ਛਿੱਲ ਰਹੇ ਨੇ। ਇੱਦਾਂ ਕਰਕੇ ਮੰਮੀ ਸਾਰੇ ਆਲੂ ਛਿੱਲ ਲੈਣਗੇ। ਇਹ ਵੇਖੋ ਆਲੂ ਛਿੱਲ ਲਏ ਨੇ ਅਤੇ ਇੱਧਰ ਲੂਣ ਮਿਰਚ, ਮਸਾਲਾ, ਕਾਲੀ ਮਿਰਚ, ਮੇਥੀ ਅਤੇ ਜੀਰਾ ਆਪਾਂ ਇਹਦੇ ਵਿੱਚ ਐਡ ਕਰਾਂਗੇ। ਇਹ ਵੇਖੋ ਹੁਣ ਮੰਮੀ ਪਿੱਠੀ ਤਿਆਰ ਕਰਨ ਲੱਗ ਗਏ। ਹੁਣ ਇਹ ਦੇਖੋ ਮੰਮੀ ਇਹਦੇ ਵਿੱਚ ਉਹ ਸਾਰੇ ਮਸਾਲੇ ਜੋ ਤੁਹਾਨੂੰ ਦਿਖਾਏ ਸੀ ਐਡ ਕਰ ਦੇਣਗੇ। ਇਹ ਦੇਖੋ ਸਾਰੇ ਮਸਾਲੇ ਵਿੱਚ ਮਿਕਸ ਹੋ ਗਏ ਨੇ ਅਤੇ ਆਪਣੀ ਪਿੱਠੀ ਬਣ ਕੇ ਤਿਆਰ ਹੈ। ਅਤੇ ਹੁਣ ਚਲੋ ਆਪਾਂ ਬਣਾਉਂਦੇ ਹਾਂ ਆਲੂ ਵਾਲੇ ਪਰੌਂਠੇ। ਇਹ ਦੇਖੋ ਮੰਮੀ ਪਰੌਂਠੇ ਬਣਾਉਣੇ ਸਟਾਰਟ ਕਰ ਲਏ। ਉੱਧਰ ਤਵਾ ਰੱਖਤਾ। ये पीछे थोड़ी आवाज आ रही है, प्लीज इन्हें इग्नोर करियो। ਇਹ ਆਲੂ ਵਾਲੇ ਪਰੌਂਠੇ ਦੇਸੀ ਘੀ ਵਾਲੇ ਬੜੇ ਟੇਸਟੀ ਲੱਗਦੇ ਨੇ। ਆਪਾਂ ਇਹਨੂੰ ਰਿਫਾਇੰਡ ਆਇਲ ਜਾਂ ਸਰੋਂ ਦਾ ਤੇਲ ਵੀ ਲਗਾ ਸਕਦੇ ਹਾਂ, ਬਟ ਦੇਸੀ ਘੀ ਵਾਲੇ ਜ਼ਿਆਦਾ ਟੇਸਟੀ ਲੱਗਦੇ ਨੇ। ਦੇਖੋ ਇਹ ਬਣ ਕੇ ਰੈਡੀ ਹੈ ਖਾਣ ਲਈ। ਤੁਸੀਂ ਵੀ ਖਾ ਲਓ ਫਰੈਂਡਸ ਆਲੂ ਵਾਲਾ ਪਰੌਂਠਾ, ਦੇਸੀ ਘੀ ਵਾਲਾ। ਇਹ ਦੇਖੋ ਹੁਣ ਮੰਮੀ ਨੈਕਸਟ ਬਣਾਉਣ ਲੱਗ ਜਾਣਗੇ। ਇੱਦਾਂ ਕਰਕੇ ਮੰਮੀ ਸਾਰੇ ਪਰੌਂਠੇ ਬਣਾ ਲੈਣਗੇ। ਚਲੋ ਠੀਕ ਹੈ, ਮਿਲਦੇ ਹਾਂ ਕਿਸੇ ਨੈਕਸਟ ਬਲੌਗ ਦੇ ਨਾਲ, ਕਿਉਂਕਿ ਮੈਂ ਵੀ ਹੁਣ ਮੰਮੀ ਦੀ ਕੁਛ ਹੈਲਪ ਕਰਵਾ ਦਾਂ, ਘੀ ਮੈਂ ਲਗਾ ਦੂੰਗੀ ਅਤੇ ਜਲਦੀ ਜਲਦੀ ਪਰੌਂਠੇ ਬਣਾ ਲਈਏ, ਕਿਉਂਕਿ ਇਹਨਾਂ ਨੂੰ ਬਣਨ ਨੂੰ ਬੜਾ ਟਾਈਮ ਲੱਗਦਾ। ਚਲੋ ਠੀਕ ਹੈ, ਮਿਲਦੇ ਹਾਂ ਕਿਸੇ ਨੈਕਸਟ ਬਲੌਗ ਦੇ ਨਾਲ। ਸਤਿ ਸ਼੍ਰੀ ਅਕਾਲ।